ਇਹਨਾਂ ਐ ਸ਼ਖਸੀਅਤ ਨੂੰ ਜਾਣਦੇ ਹੋ, ਇਹਨਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਸੀ ਤੇ ਆਹ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਇਹਨਾਂ ਦੁਆਰਾ ਲਿਖਿਆ ਹੋਇਆ ਬਰਾਬਰੀ ਦਾ ਜਿਹੜਾ ਸੰਵਿਧਾਨ ਹੈ ਉਹਨੂੰ ਬਚਾਉਣ ਦੀਆਂ ਵੋਟਾਂ ਪੈ ਰਹੀਆਂ ਨੇ। ਇਹ ਸੰਵਿਧਾਨ ਖਤਮ ਕਰ ਦੇਣਗੇ ਵੀਰੋ, ਆਓ ਇਕੱਠੇ ਹੋ ਕੇ ਆਪਾਂ ਸੰਵਿਧਾਨ ਬਚਾਈਏ, ਬਾਬਾ ਸਾਹਿਬ ਦਾ ਲਿਖਿਆ ਹੋਇਆ ਲੋਕਤੰਤਰ ਬਚਾਈਏ। ਬਾਬਾ ਸਾਹਿਬ ਨੇ ਕਿਹਾ ਸੀ, ਕਿ ਜਿਹੜੀ ਸਿੱਖਿਆ ਜਿਹੜੀ ਵਿਦਿਆ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ, ਜਿਹੜਾ ਉਹਨੂੰ ਪੀ ਗਿਆ ਉਹ ਤਾਂ ਦਹਾੜੂਗਾ ਹੀ ਦਹਾੜੂਗਾ। ਇਹ ਗੱਲ ਕਹੀ ਹੈ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ। ਸੋ ਆਪਾਂ ਸਕੂਲਾਂ ਵੱਲ ਧਿਆਨ ਦੇ ਰਹੇ ਹਾਂ, ਦਲਿਤਾਂ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ। ਕੋਈ ਵੀ ਪੀਲਾ ਕਾਰਡ ਹਰਾ ਕਾਰਡ ਗਰੀਬੀ ਦੂਰ ਨਹੀਂ ਕਰ ਸਕਦਾ, ਸਿਰਫ ਗਰੀਬ ਦਾ ਬੱਚਾ ਗਰੀਬੀ ਦੂਰ ਕਰ ਸਕਦਾ ਜੇ ਉਹਨੂੰ ਕੁਆਲਿਟੀ ਐਜੂਕੇਸ਼ਨ ਮਿਲ ਜੇ, ਉਹਨੂੰ ਵਧੀਆ ਪੜ੍ਹਾਈ ਮਿਲ ਜੇ ਤੇ ਉਹ ਇੰਜੀਨੀਅਰ ਬਣ ਜੇ, ਡਾਕਟਰ ਬਣ ਜੇ, ਜੇਈ ਕਲੀਅਰ ਕਰ ਜੇ, 2-3 ਲੱਖ ਰੁਪਇਆ ਮਹੀਨੇ ਦਾ ਜਦੋਂ ਆਉਣ ਲੱਗ ਗਿਆ ਤਾਂ ਸਾਰੇ ਪਰਿਵਾਰ ਦੀ ਜਿਹੜੀ ਪੁਰਾਣੀ ਪੀੜ੍ਹੀਆਂ ਤੋਂ ਚੱਲੀ ਆ ਰਹੀ ਗਰੀਬੀ ਚੱਕੀ ਜਾਊਗੀ। ਫਿਰ ਇਸੇ ਤਰ੍ਹਾਂ ਹੀ ਹਸਪਤਾਲਾਂ ਦੇ ਵਿੱਚ ਆਮ ਆਦਮੀ ਕਲੀਨਿਕ ਖੁੱਲ ਰਹੇ ਨੇ, ਕੌਣ ਜਾਂਦਾ ਉੱਥੇ? ਗਰੀਬ ਜਾਂਦਾ। ਸੋ ਗਰੀਬਾਂ ਨੂੰ ਭਾਜੀ ਮੈਨੂੰ ਬੋਲ ਲੈਣ ਦਿਓ, ਫਿਰ ਤੁਸੀਂ ਜੋ ਮਰਜ਼ੀ ਪੜਾਸ ਕੱਢ ਲਿਓ, ਕੋਈ ਗੱਲ ਨਹੀਂ ਵੀਰੋ। ਗਰੀਬ ਬੰਦਾ ਹੀ ਜਾਂਦਾ ਇਲਾਜ ਕਰਾਉਣ ਸਰਕਾਰੀ 'ਚ। ਮੈਂ ਇੱਕ ਦਿਨ ਸੋਚਿਆ ਕਿ ਭਗਵੰਤ ਮਾਨ ਨਾਲ ਇਸ ਤੋਂ ਵੱਡਾ ਵੱਡਾ ਮੌਕਾ ਨਹੀਂ ਮਿਲ ਸਕਦਾ ਲੋਕਾਂ ਦੀ ਸੇਵਾ ਦਾ। ਮੈਂ ਆਹ ਗੱਲ ਧਿਆਨ ਨਾਲ ਸੁਣ ਲਿਓ, ਮੈਂ ਪੰਜਾਬ ਦੇ ਲੋਕਾਂ ਦੀ, ਗਰੀਬਾਂ ਦੀ, ਦਲਿਤਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣਾ ਚਾਹੁੰਦਾ। ਹੁਣ ਮਜਬੂਰੀ ਹੈ ਕਿ ਸਰਕਾਰੀ ਹਸਪਤਾਲ 'ਚ ਇਲਾਜ ਕਰਾਉਣਾ ਪੈਂਦਾ, ਪ੍ਰਾਈਵੇਟ 'ਚ ਇਲਾਜ ਕਰਾਉਣਾ ਪੈਂਦਾ ਕਿਉਂਕਿ ਸਰਕਾਰੀ 'ਤੇ ਯਕੀਨ ਨਹੀਂ ਰਿਹਾ। ਮਜਬੂਰੀ ਹੈ, ਭਾਵੇਂ ਉਹਦੇ ਵਾਸਤੇ ਜ਼ਮੀਨ ਵੇਚਣੀ ਪੈ ਜੇ, ਜਿਹੜੇ 2-4 ਗਹਿਣੇ ਨੇ ਪਰਿਵਾਰ ਕੋਲ ਉਹ ਵੇਚਣੇ ਪੈ ਜਾਣ, ਪਰ ਪ੍ਰਾਈਵੇਟ 'ਚ ਇਲਾਜ ਕਰਾਉਣਾ ਪੈਂਦਾ। ਮਜਬੂਰੀ ਹੈ, ਹੁਣ ਮਜਬੂਰੀ ਹੈ ਕਿ ਪ੍ਰਾਈਵੇਟ 'ਚ ਬੱਚੇ ਪੜ੍ਹਾਉਣੇ ਪੈਂਦੇ ਆ ਸਕੂਲ 'ਚ, ਫੀਸਾਂ ਮਹਿੰਗੀਆਂ ਨੇ ਕਿਉਂਕਿ ਸਰਕਾਰੀ 'ਤੇ ਯਕੀਨ ਨਹੀਂ ਰਿਹਾ। ਅਤੇ ਲੋਕ ਕਹਿੰਦੇ ਯਾਰ ਚਲੋ ਆਪਦੀ ਤਾਂ ਕਿਵੇਂ ਨਾ ਕਿਵੇਂ ਕੱਟ ਜਾਊਗੀ, ਜਵਾਕ ਨੂੰ ਪੜ੍ਹਾ ਲਈਏ। ਮੈਂ ਦੋਨੇ ਮਜਬੂਰੀਆਂ ਮੈਂ ਮਰਜ਼ੀ 'ਚ ਬਦਲਣੀਆਂ ਚਾਹੁੰਦਾ। ਆਉਣ ਵਾਲੇ ਕੁਛ ਮਹੀਨਿਆਂ ਤੱਕ ਤੁਹਾਡੀ ਮਰਜ਼ੀ ਹੋਊਗੀ ਇਲਾਜ ਪ੍ਰਾਈਵੇਟ 'ਚ ਕਰਾਉਣਾ ਜਾਂ ਸਰਕਾਰੀ 'ਚ ਕਰਾਉਣਾ, ਇਲਾਜ ਇੱਕੋ ਜਿਹਾ ਹੋਊਗਾ। ਪਰ ਔਰ ਸਰਕਾਰੀ 'ਚ ਪੈਸੇ ਵੀ ਨਹੀਂ ਲੱਗਣੇ, ਮੁਫ਼ਤ ਇਲਾਜ ਹੋਊਗਾ ਜਿਵੇਂ ਦਿੱਲੀ 'ਚ ਹੁੰਦਾ। ਬਿਲਕੁਲ ਐਵੇਂ ਜਿਵੇਂ ਆਪਾਂ ਸਕੂਲਾਂ ਦਾ ਕਰ ਦੇਣਾ ਕਿ ਤੁਹਾਡੀ ਮਜਬੂਰੀ ਨਹੀਂ, ਤੁਹਾਡੀ ਮਰਜ਼ੀ ਹੈ। ਪ੍ਰਾਈਵੇਟ 'ਚ ਪੜ੍ਹਾਉਣਾ ਬੱਚਾ ਪ੍ਰਾਈਵੇਟ ਪੜ੍ਹਾ ਲਓ, ਸਰਕਾਰੀ 'ਚ ਪੜ੍ਹਾਉਣਾ ਸਰਕਾਰੀ 'ਚ ਪੜ੍ਹਾਓ, ਪਰ ਪੜ੍ਹਾਈ ਇੱਕੋ ਜਿਹੀ ਹੋਊਗੀ ਅਤੇ ਸਰਕਾਰੀ 'ਚ ਫੀਸ ਨਹੀਂ ਲੱਗੂਗੀ, ਪੜ੍ਹਾਈ ਦਾ ਕੋਈ ਫਰਕ ਨਹੀਂ ਹੋਊਗਾ। ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਣੀ ਚਾਹੁੰਦਾ। ਜੇ ਚੰਗੀ ਲੱਗੀ ਗੱਲ ਤਾਂ ਤਾੜੀਆਂ ਮਾਰ ਕੇ ਮੇਰਾ ਸਾਥ ਦਿਓ। ਸੋ ਵੀਰੋ 43,000 ਨੌਕਰੀਆਂ, ਉਸ ਤੋਂ ਬਾਅਦ ਬਿਜਲੀ ਦੇ ਬਿੱਲ, ਅੱਧੀ ਤੋਂ ਵੱਧ ਕਮਾਈ ਬਿਜਲੀ ਦੇ ਬਿੱਲ 'ਚ ਚਲੀ ਜਾਂਦੀ ਸੀ ਵੀਰੋ। 300 ਯੂਨਿਟ ਪਰ ਮੰਥ, ਯਾਨੀ ਕਿ 600 ਯੂਨਿਟ, ਭਾਵੇਂ ਕੋਈ ਅਮੀਰ ਹੈ ਭਾਵੇਂ ਗਰੀਬ ਹੈ, ਭਾਵੇਂ ਏਸੀ ਵੀ ਲੱਗੇ ਹੋਏ ਤੁਹਾਡੇ ਘਰੇ, ਪਰ ਜੇ ਤੁਹਾਡਾ ਬਿਜਲੀ ਦਾ ਜਿਹੜਾ ਮੀਟਰ ਹੈ ਉਹ 600 ਤੋਂ ਥੱਲੇ ਹੈ ਤਾਂ ਬਿਜਲੀ ਦਾ ਬਿੱਲ 0 ਆਊਗਾ। 90% ਘਰਾਂ ਨੂੰ ਬਿਜਲੀ ਦਾ ਬਿੱਲ, ਜਿਨ੍ਹਾਂ ਦੇ ਬਿਜਲੀ ਦੇ ਬਿੱਲ 0 ਆਉਂਦੇ ਨੇ ਹੱਥ ਖੜੇ ਕਰਕੇ ਤਾੜੀਆਂ ਮਾਰ ਦਿੰਦਾ ਸਾਰੇ ਵਾਂਗੂ। ਬਿਲਕੁਲ ਇਸੇ ਤਰ੍ਹਾਂ ਹੀ ਹੋਰ ਸਹੂਲਤਾਂ ਜਿਹੜੀਆਂ ਗਰੀਬਾਂ ਨੂੰ, ਇਹਨਾਂ ਨੇ ਕਾਰਡ ਕੱਟਤੇ ਸੀ, ਕਈ ਲੋਕਾਂ ਨੇ ਗਲਤ ਬਣਾ ਲਏ। ਮੈਂ ਆਰਡਰ ਕਰਤਾ
ਕਿ ਜਿਹਦੇ ਕੋਲ ਪਹਿਲਾਂ ਕਾਰਡ ਸੀ ਉਹਦਾ ਕਾਰਡ ਭਾਵੇਂ ਉਹਦੇ ਹੱਥ 'ਚ ਬਾਅਦ 'ਚ ਆਵੇ, ਪਰ ਉਹਨੂੰ ਪਤਾ ਹੀ ਹੁੰਦਾ ਸਾਰੇ ਪਿੰਡ 'ਚ ਕਿ ਕਿਹਦੇ ਕਿਹਦੇ ਪਹਿਲਾਂ ਕਾਰਡ ਜਾਂ ਕਿਹੜਾ ਗਰੀਬ ਹੈ। ਉਹਨਾਂ ਸਾਰਿਆਂ ਨੂੰ ਰਾਸ਼ਨ ਜਿਹੜਾ ਉਹ ਬਿਲਕੁਲ ਫਰੈਸ਼, ਜਿਹੜੀ ਕਣਕ ਹੁਣ ਆਈ ਹੈ ਮੰਡੀਆਂ 'ਚ ਉਹੀ ਕਣਕ ਗਰੀਬਾਂ ਨੂੰ ਉੱਥੇ ਮਿਲੂਗੀ, ਜਿਹੜੀ ਜਿਹੜੇ ਕਣਕ ਦਾ ਜਿਹੜੀ ਕਣਕ ਦੀ ਰੋਟੀ ਮੇਰੇ ਘਰ ਬਣਦੀ ਹੈ ਉਹੀ ਕਣਕ ਦੀ ਰੋਟੀ ਗਰੀਬਾਂ ਦੇ ਘਰ ਬਣੂਗੀ। ਇਹ ਨਹੀਂ ਹੈਗਾ ਕਿ ਗਲੀ ਸੜੀ ਮਿੱਟੀ ਵਾਲੀ ਸੁਸਰੀ ਲੱਗੀ ਹੋਈ ਕਣਕ ਇਹੋ ਜਿਹੀ ਦੇਤੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ। ਸੋ ਇਹ ਅਨਮਨੁੱਖੀ ਵਿਹਾਰ ਨਹੀਂ ਕਰਨਾ ਵੀਰੋ। ਫਿਰ ਅਕਾਲੀ ਦਲ ਨੇ ਕੀ ਕੀਤਾ, ਜਦੋਂ ਪਿੰਡਾਂ 'ਚ ਗਏ, ਪਹਿਲੀ ਗੱਲ ਜਾਣ ਹੀ ਦਿੰਦੇ ਉਹਨਾਂ ਨੂੰ ਜਿਹੜੇ ਪਿੰਡ ਚਲੇ ਗਏ, ਉੱਥੇ ਲੋਕ ਕਹਿੰਦੇ ਜੀ ਸਾਡੇ ਪਿੰਡ ਤਾਂ 30 ਸਾਲ ਬਾਅਦ ਕੱਸੀ 'ਚ ਪਾਣੀ ਆਇਆ ਜੀ, ਸਾਡੇ ਪਿੰਡ ਤਾਂ ਨਹਿਰ ਦਾ ਪਾਣੀ 35 ਸਾਲ ਬਾਅਦ ਆਇਆ ਜੀ, ਅਸੀਂ ਤਾਂ ਜੀ ਮੋਟਰਾਂ ਬੰਦ ਕਰਕੇ ਝੋਨਾ ਲਾਉਂਦੇ ਹਾਂ ਜੀ। ਤਾਂ ਇਹਨਾਂ ਨੇ ਸੋਚਿਆ ਅਕਾਲੀ ਦਲ ਨੇ ਕਿ ਇਹ ਤਾਂ ਕੰਮ ਪੁੱਠਾ ਪੈ ਗਿਆ, ਆਪਾਂ ਤਾਂ ਆਪਦੇ ਖੇਤਾਂ ਨੂੰ ਨਹਿਰਾਂ ਕੱਢ ਲਈਆਂ, ਲੋਕਾਂ ਨੂੰ ਨਹਿਰਾਂ ਕੱਢਣੀਆਂ ਭੁੱਲ ਹੀ ਗਏ। ਤਾਂ ਉਹਨਾਂ ਨੇ ਵੀਰੋ ਆਪ ਕੱਲ੍ਹ ਪਰਸੋਂ ਇੱਕ ਆਪਦੇ ਮੁਲਾਜ਼ਮਾਂ ਤੋਂ ਪਹਿਲਾਂ ਤਾਂ ਉਹਨੂੰ ਰੋਟੀ ਖਵਾਈ, ਉਹਨਾਂ ਨੂੰ ਘਰ ਬੁਲਾ ਕੇ ਬਾਅਦ 'ਚ ਉਹਨਾਂ ਨੂੰ ਕਹਿੰਦੇ ਤੁਸੀਂ ਐਂ ਰੌਲਾ ਪਾ ਦਿਉ ਕਿ ਭਗਵੰਤ ਮਾਨ ਝੂਠੇ ਅੰਕੜੇ ਦੇ ਰਿਹਾ। ਵੀਰੋ ਇੱਕ ਵਾਰ ਮੇਰੇ 'ਤੇ ਇਲਜ਼ਾਮ ਲਾ ਦਿਓ ਕਿ ਮੈਂ ਝੂਠ ਬੋਲ ਰਿਹਾ, ਮੈਂ ਓਨਾ ਹੀ ਬੋਲਦਾ ਜਿੰਨਾ ਮੈਂ ਕਰ ਸਕਦਾ, ਔਰ ਜਿੰਨਾ ਕਰ ਸਕਦਾ ਮੈਂ ਉਹੀ ਵਾਅਦਾ ਕਰਦਾ, ਮੈਂ ਵੱਧ ਨਹੀਂ ਕਰਦਾ। ਵੀਰੋ ਜੇ ਮੈਂ ਵੋਟਾਂ ਕਰਕੇ ਕੰਮ ਕਰਨਾ ਹੁੰਦਾ, ਚੱਲ ਵੋਟਾਂ ਹੈ ਲੋਕਾਂ ਦਾ ਕੀ ਹੈ, ਲੋਕ ਸੱਚ ਮੰਨ ਲੈਣਗੇ। ਮੈਂ 1000 ਰੁਪਇਆ ਮਹੀਨਾ ਜਿਹੜਾ ਗਰੰਟੀ ਦਿੱਤੀ, ਹਾਲਾਂਕਿ ਉਹ 5 ਸਾਲ ਦੇ ਵਿੱਚ ਵਿੱਚ ਪੂਰੀ ਕਰਨੀ ਹੁੰਦੀ ਹੈ, ਮੈਂ ਜੋ ਮਾਵਾਂ ਭੈਣਾਂ ਨੂੰ ਸਨਮਾਨ ਦੀ 1000 ਰੁਪਏ ਦੀ ਗਰੰਟੀ, ਮੈਂ ਵੋਟਾਂ ਤੋਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ, ਵੋਟਾਂ ਤੋਂ ਮਹੀਨਾ ਬਾਅਦ ਬੰਦ ਕਰ ਦਿੰਦੇ ਵੀ ਨਹੀਂ ਜੀ ਹਜੇ ਤਕਨੀਕੀ ਤੌਰ 'ਤੇ ਠੀਕ ਨਹੀਂ। ਅਤੇ ਇਹ ਧੋਖਾ ਹੋ ਜਾਂਦਾ ਲੋਕਾਂ ਨਾਲ। ਹੁਣ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਨਹਿਰੀ ਪਾਣੀ ਨਾਲ, ਨਹਿਰੀ ਪਾਣੀ ਜਦੋਂ ਹੁਣ 69% 'ਤੇ ਪਹੁੰਚ ਗਏ, ਜਿੱਦੇ ਸਹੁੰ ਚੁੱਕੀ ਸੀ 21% 'ਤੇ ਸੀ, ਹੁਣ 69% ਨਹਿਰੀ ਪਾਣੀ ਜਿਹੜਾ ਉਹ ਖੇਤਾਂ ਦੇ ਵਿੱਚ ਜਾਂਦਾ, ਉਹ ਜਿੱਦੇ 70 ਹੋ ਗਿਆ, ਅਕਤੂਬਰ 'ਚ ਹੋ ਜੂਗਾ ਇਸ ਸੀਜ਼ਨ ਦੇ ਐਂਡ ਤੱਕ, ਆ ਝੋਨੇ ਦੇ ਸੀਜ਼ਨ ਦੇ ਐਂਡ ਤੱਕ 70% ਹੋਜੂ। ਉਹਦੇ ਨਾਲ ਪੰਜਾਬ 'ਚ 14.5 ਲੱਖ ਟਿਊਬਵੈੱਲ ਨੇ, ਉਹ 'ਚੋਂ 6 ਲੱਖ ਟਿਊਬਵੈੱਲ ਦੇ ਲਗਭਗ ਬੰਦ ਹੋ ਜਾਣਗੇ, ਕਿਉਂਕਿ ਨਹਿਰ ਦਾ ਪਾਣੀ ਆ ਗਿਆ ਖੇਤ, ਤਾਂ ਫਿਰ ਟਿਊਬਵੈੱਲ ਚਲਾਉਣ ਦੀ ਕੀ ਲੋੜ ਹੈ। ਉਹਦੇ ਨਾਲ ਵੀਰੋ ਬਿਜਲੀ ਦਾ ਜਿਹੜੀ ਸਬਸਿਡੀ ਦਿੰਦੇ ਹਾਂ ਘੱਟੋ ਘੱਟ 6 ਤੋਂ 7 ਹਜ਼ਾਰ ਕਰੋੜ ਰੁਪਈਆ, ਅਤੇ ਉਹ ਬਚੂਗਾ ਉਹਦੇ ਨਾਲ 5200 ਤੋਂ 5500 ਕਰੋੜ ਰੁਪਈਏ ਦੀ ਜਿਹੜੀ ਸਾਲ ਦਾ ਬਜਟ ਹੈ, ਉਹਦੇ ਨਾਲ ਫਿਰ ਮੈਂ ਮਾਵਾਂ ਭੈਣਾਂ ਨੂੰ ਸਨਮਾਨ 1000 ਰੁਪਈਏ ਵਾਲੀ ਰਾਸ਼ੀ ਦੇਊਂਗਾ। ਔਰ ਇੱਕ ਵਾਰੀ ਸ਼ੁਰੂ ਹੋ ਗਈ ਜਦੋਂ ਇਹ ਸਕੀਮ, ਜਿਵੇਂ ਬਿਜਲੀ ਦੇ ਬਿੱਲ ਨੇ, ਬਿਜਲੀ ਦੇ ਬਿੱਲ ਹਰ ਮਹੀਨੇ ਆਉਂਦੇ ਨੇ ਪਰ 0 ਆਉਂਦੇ ਨੇ, ਮਾਈਨਸ ਵੀ ਲਿਖਿਆ ਹੁੰਦਾ ਵੀਰੋ। ਉਹ ਜਦੋਂ ਕਿਹੜਾ ਸ਼ੁਰੂ ਹੋ ਗਈ ਸਕੀਮ 1000 ਰੁਪਏ ਵਾਲੀ, ਫਿਰ ਬੰਦ ਨਹੀਂ ਹੋਣੀ ਮੁੜ ਕੇ, ਕਿਸੇ ਦੀ ਹਿੰਮਤ ਨਹੀਂ ਪਊ ਕਿ ਉਹਨੂੰ ਬੰਦ ਕਰ ਸਕੇ। ਮੇਰੇ ਘਰੇ ਇੱਕ ਮੁੰਡਾ ਕੰਮ ਕਰਦਾ, ਮੇਰੇ ਘਰੇ ਕੰਮ ਕਰਦਾ, ਸਾਡੇ ਪਿੰਡਾਂ ਵੱਲ ਦਾ, ਬਡਰੁੱਖਾਂ ਪਿੰਡ ਹੈ ਸੰਗਰੂਰ ਦੇ ਵਿੱਚ। ਮੈਂ ਉਹਨੂੰ ਪੁੱਛਿਆ, ਮੈਂ ਤੇਰਾ ਬਿਜਲੀ ਦਾ ਬਿੱਲ ਆ ਗਿਆ? ਕਹਿੰਦੇ ਹਾਂਜੀ ਆ ਗਿਆ। ਮੈਂ ਕਿੰਨਾ? ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ ਹੈ, ਮੇਰੇ ਭਾਈ ਨੂੰ ਪਤਾ ਹੈ। ਮੈਂ ਕਿਹਾ ਤੂੰ ਫੋਟੋ ਮੰਗਾ, ਵਟਸਐਪ 'ਤੇ ਫੋਟੋ ਮੰਗਾਈ। ਕਹਿੰਦਾ ਜੀ 40 ਰੁਪਈਏ ਲਿਖਿਆ ਹੋਇਆ, ਮੂਹਰੇ ਇੱਕ ਡੰਡੀ ਜੀ ਹੈ। ਉਹ ਮੈਂ ਕਿਹਾ ਡੰਡੀ ਦਾ ਮਤਲਬ ਪਤਾ ਕੀ ਹੁੰਦਾ? ਕਹਿੰਦੇ ਨਾ ਜੀ। ਮੈਂ ਕਿਹਾ ਇਹ ਲਿਖਿਆ ਹੋਇਆ -40, ਮਤਲਬ ਬਿਜਲੀ ਬੋਰਡ ਨੇ 40 ਰੁਪਈਏ ਤੁਹਾਡੇ ਦੇਣੇ ਨੇ। ਉਹ ਕਹਿੰਦਾ ਪਰਮਾਤਮਾ ਦਾ ਸ਼ੁਕਰ ਹੈ ਸਾਡੇ ਵੀ ਕਿਸੇ ਨੇ ਦੇਣੇ ਨੇ। ਅਸੀਂ ਤਾਂ ਕਹਿੰਦਾ ਕਰਜ਼ੇ ਨਾਲ ਬਾਲ ਬਾਲ, ਕਹਿੰਦਾ ਪਹਿਲਾਂ ਧੱਕੇ ਰਹਿੰਦੇ ਸੀ, ਬਿੰਨੇ ਰਹਿੰਦੇ ਸੀ। ਸੋ ਵੀਰੋ ਆਹ ਜੇ ਨੀਤਾਂ ਸਾਫ਼ ਹੋਣ ਤਾਂ ਇੱਦਾਂ ਹੋ ਸਕਦਾ, ਸਾਰਾ ਕੁਛ ਹੋ ਸਕਦਾ। ਮੈਂ ਖਜ਼ਾਨਾ ਭਰੂੰਗਾ ਵੀ, ਅਤੇ ਭਰੇ ਹੋਏ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਕਰੂੰਗਾ ਵੀ, ਮੈਂ ਤਾਂ ਨਹੀਂ ਹਟਦਾ। ਬਾਕੀ
ਆ ਕਾਂਗਰਸੀਆਂ ਤੇ ਅਕਾਲੀਆਂ ਤੇ ਆ ਬੀਜੇਪੀ ਵਾਲਿਆਂ ਤੇ ਯਕੀਨ ਨਾ ਕਰਿਓ, ਇਹ ਤਾਂ ਲੁੱਟਣ ਤੇ ਲੱਗੇ ਆ। ਤੁਸੀਂ ਬਹੁਤ ਸਾਰੀਆਂ ਪਾਰਟੀਆਂ 'ਚ ਰਹੇ ਹੋਵੋਗੇ, ਪਹਿਲਾਂ ਹੋਰ ਹੱਲ ਹੀ ਹੈ ਨਹੀਂ ਸੀਗਾ। ਵਰਕਰਾਂ ਵਲੰਟੀਅਰਾਂ ਨੂੰ ਸਿੱਧਾ ਹੀ ਫੋਨ ਆ ਜਾਂਦਾ, 10 ਬੱਸਾਂ ਭਰ ਲਿਆਇਓ ਰੈਲੀ ਤੇ ਫਲਾਨੀ ਤੇ, ਉਹ ਕਿੱਥੋਂ ਭਰੂ ਕਿਵੇਂ ਭਰੂ ਇਹ ਨਹੀਂ ਪੁੱਛਦੇ। ਤੇ ਵੀਰੋ ਜਦੋਂ ਕੋਈ ਛਾਵੇਂ ਜਾਣ ਦੀ ਗੱਲ ਹੁੰਦੀ ਹੈ, ਕੋਈ ਚੇਅਰਮੈਨ ਨਹੀਂ ਜਾਂ ਕੋਈ ਹੋਰ ਕੋਈ ਆਉਂਦਾ